ਸਿੱਧੂ ਮੂਸੇਵਾਲਾ ਦੇ ਲਾਸਟ ਗੀਤ ਦ ਲਾਸਟ ਰਾਈਡ ਵਿੱਚ ਤਪੈਕ ਸ਼ਕੂਰ ਬਾਰੇ ਚਰਚਾ ਕੀਤੀ ਗਈ ਸੀ। ਸਿੱਧੂ ਦੇ ਮਰਨ ਤੋਂ 2 ਹਫ਼ਤੇ ਪਹਿਲਾਂ ਦ ਲਾਸਟ ਰਾਈਡ ਗੀਤ ਆਇਆ, ਜਿਸ ਦੇ ਟਾਈਟਲ ਪੋਸਟਰ 'ਚ ਕ੍ਰਾਈਮ ਸੀਨ 'ਚ ਇੱਕ ਕਾਰ ਦੀ ਫੋਟੋ ਦਿਖਾਈ ਦਿੰਦੀ ਹੈ। ਅਸਲ 'ਚ ਇਹ ਕਾਰ BMW 750 LI ਹੈ, ਜਿਸ ਵਿੱਚ ਤਪੈਕ ਨੇ 7 ਸਤੰਬਰ 1996 ਦੀ ਰਾਤ ਆਪਣੀ ਆਖਰੀ ਸਵਾਰੀ ਕੀਤੀ। ਤਪੈਕ ਲਾਸ ਵੈਗਸ 'ਚ ਮਾਈਕ ਟਾਇਸਨ ਅਤੇ ਬਰੂਸ ਸ਼ੈਲਡਨ ਦਾ ਬਾਕਸਿੰਗ ਮੈਚ ਦੇਖ ਕੇ ਆਪਣੇ ਦੋਸਤਾਂ ਨਾਲ ਵਾਪਸ ਆ ਰਿਹਾ ਸੀ ਤੇ ਰਾਤ 11:15 ਦੇ ਕਰੀਬ ਫਲੇਮਿੰਗ ਰੋਡ ਤੇ ਜਿਉਂ ਹੀ ਰੈੱਡ ਲਾਈਟਸ ਕਰਕੇ ਉਸਦੀ ਕਾਰ ਰੁਕੀ ਤਾਂ ਉਸਨੂੰ ਗਲੋਕ 'ਚੋਂ ਨਿਕਲੀਆਂ 40 ਕੈਲੀਬਰ ਦੀਆਂ 4 ਗੋਲੀਆਂ ਨਾਲ ਭੁੰਨ ਦਿੱਤਾ ਗਿਆ। 6 ਦਿਨ ਜ਼ਿੰਦਗੀ ਮੌਤ ਦੀ ਲੜਾਈ ਲੜਦਾ ਉਹ 13 ਸਤੰਬਰ ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ। 1971 ਵਿੱਚ ਜੰਮਿਆ ਅਤੇ 25 ਸਾਲ ਦੀ ਉਮਰ 'ਚ ਜੋਬਨ ਉੱਤੇ ਜਾਣ ਵਾਲਾ ਤਪੈਕ ਦੁਨੀਆਂ ਦੇ ਸਭ ਤੋਂ ਮਹਾਨ ਰੈਪਰਾਂ ਵਿੱਚੋਂ ਇੱਕ ਸੀ। ਉਸਦਾ ਜਨਮ ਨਿਊਯਾਰਕ ਸ਼ਹਿਰ 'ਚ ਬਹੁਤ ਹੀ ਗਰੀਬ ਪਰਿਵਾਰ ਵਿੱਚ ਹੋਇਆ। ਉਸਦੇ ਮਾਪੇ ਬਲੈਕ ਪੈਂਥਰ ਪਾਰਟੀ ਦੇ ਮੈਂਬਰ ਸਨ, ਜਿਸ ਕਰਕੇ ਉਹਨਾਂ ਨੂੰ ਕਈ ਵਾਰ ਜੇਲ੍ਹ ਜਾਣਾ ਪਿਆ ਅਤੇ ਉਹਨਾਂ 'ਤੇ ਤਪੈਕ ਨੇ ਸਮੇਂ ਦੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਖਿਲਾਫ ਬਹੁਤ ਨਿਡਰ ਹੋ ਕੇ ਰੈਪ ਕੀਤਾ ਅਤੇ ਉਹ ਲੋਕਾਂ 'ਚ ਇੰਨਾ ਹਰਮਨ ਪਿਆਰਾ ਹੋ ਗਿਆ ਕਿ ਉਸ ਦੀ ਬਾਕੀ ਦੇ ਰੈਪਰ ਨਾਲ ਜਿੱਦ ਬਹਿਸ ਵੀ ਵਧੀ ਅਤੇ ਗੈਂਗਵਾਰਾਂ 'ਚ ਵੀ ਉਸਦਾ ਨਾਮ ਆਉਣ ਲੱਗਾ। ਤਪੈਕ ਦੇ ਗੀਤਾਂ 'ਚ ਹਥਿਆਰਾਂ ਅਤੇ ਹਿੰਸਾ ਦੀ ਗੱਲ ਵੀ ਹੁੰਦੀ ਸੀ ਅਤੇ ਉਹ ਗਲਤ ਨੂੰ ਗਲਤ ਕਹਿ ਕੇ ਬਹੁਤ ਕਰਾਰੀਆਂ ਅਤੇ ਤਿੱਖੀਆਂ ਚੋਟਾਂ ਵੀ ਕਰਦਾ ਸੀ। ਤਪੈਕ ਨੇ ਗੇਟੋ ਲਾਈਫ ਬਾਰੇ ਬਹੁਤ ਗਾਣੇ ਗਾਏ ਅਤੇ ਬਹੁਤ ਥੱਲਿਓਂ ਉੱਠ ਕੇ ਹਿੱਪ ਹੌਪ ਦਾ ਬੇਤਾਜ ਬਾਦਸ਼ਾਹ ਬਣਿਆ। ਉਹਨਾਂ ਦਿਨਾਂ 'ਚ ਹੀ ਬਿਗੀ ਸਮਾਲਸ, ਜੋ ਬਹੁਤ ਮਸ਼ਹੂਰ ਰੈਪਰ ਸੀ, ਪਹਿਲਾਂ ਤਪਾਕ ਅਤੇ ਬਿਗੀ ਦੋਸਤ ਰਹੇ ਪਰ ਬਾਅਦ 'ਚ ਉਹਨਾਂ ਦੀ ਵਿਗੜ ਗਈ। ਇਸ ਦਾ ਧੁਰਾ ਈਸਟ ਕੋਸਟ ਅਤੇ ਵੈਸਟ ਕੋਸਟ ਦੇ ਰੈਪਰਾਂ ਦੀ ਅੜਫਸ ਬਣੀ। ਹਿੱਪ ਹੌਪ ਕਲਚਰ ਅਤੇ ਰੈਪ ਮਿਊਜ਼ਿਕ ਦਾ ਜਨਮ ਈਸਟ ਕੋਸਟ 'ਚ ਹੋਇਆ ਅਤੇ ਬਿਗੀ ਅਤੇ ਪਫ ਡੈਡੀ ਵਰਗੇ ਰੈਪਰ ਇਸ ਦੇ ਸਭ ਤੋਂ ਵੱਡੇ ਝੰਡਾ ਬਰਦਾਰ ਸਨ, ਜਦਕਿ ਵੈਸਟ ਕੋਸਟ ਧੜੇ ਦੀ ਪ੍ਰਤੀਨਿਧਤਾ ਤਪੈਕ ਅਤੇ ਸ਼ੂਜ਼ ਨਾਈਟ ਕਰਦੇ ਸਨ। 90 ਦੇ ਦਹਾਕੇ ਦੀ ਇਹ ਈਸਟ ਵੈਸਟ ਕੋਸਟ ਜਿੱਦ ਬਹਿਸ ਇਕੱਲੇ ਗੀਤਾਂ 'ਚ ਧਮਕੀਆਂ ਵਾਲੀ ਹੀ ਨਹੀਂ ਸੀ, ਸਗੋਂ ਇਹ ਉਹ ਇੱਕ ਦੂਜੇ 'ਤੇ ਅਸਲ ਜ਼ਿੰਦਗੀ ਵਿੱਚ ਵੀ ਗੋਲੀਆਂ ਚਲਾ ਦਿੰਦੇ ਸਨ। ਤਪੈਕ ਦੇ ਇਹ ਹਮਲੇ 'ਚ 5 ਗੋਲੀਆਂ ਵੱਜੀਆਂ ਸਨ ਅਤੇ ਉਸਨੇ ਠੀਕ ਹੋਣ 'ਤੇ ਰੈਪ 'ਚ 5 shoots could not drop me ਕਹਿ ਕੇ ਦੁਸ਼ਮਣਾਂ ਨੂੰ ਲਲਕਾਰਿਆ ਸੀ। ਬਾਅਦ 'ਚ ਦੂਜੀ ਵਾਰ ਹੋਏ ਹਮਲੇ 'ਚ ਤਾਂ ਉਹ ਮਾਰਿਆ ਹੀ ਗਿਆ। ਸ਼ਕੂਰ ਦੇ ਕਈ ਗੀਤ ਸਮਾਜ ਦੀ ਨਸਲਵਾਦੀ ਹਕੀਕਤ ਨੂੰ ਦਰਸਾਉਂਦੇ ਹਨ, ਜਿਨ੍ਹਾਂ ਨੇ ਅਫਰੀਕੀ ਮੂਲ ਅਤੇ ਅਮਰੀਕੀ ਨੌਜਵਾਨਾਂ ਨੂੰ ਇਸ ਦੇ ਖਿਲਾਫ਼ ਕੁੱਦਣ ਲਈ ਮਜਬੂਰ ਕੀਤਾ। ਉਸ ਨੂੰ ਸਰੀਰਕ ਸ਼ੋਸ਼ਣ ਅਤੇ ਕਥਿਤ ਦੋਸ਼ਾਂ ਹੇਠ ਜੇਲ੍ਹ ਵੀ ਜਾਣਾ ਪਿਆ ਸੀ ਅਤੇ ਆਪਣੀ ਮੌਤ ਤੋਂ 1.5 ਸਾਲ ਪਹਿਲਾਂ ਉਹ ਰਿਹਾਅ ਹੋ ਕੇ ਆਇਆ ਸੀ। ਉਹ ਮਸ਼ਹੂਰ ਅਮਰੀਕੀ ਗਾਇਕਾਂ ਅਤੇ ਅਦਾਕਾਰ ਮੈਡੋਨਾ ਨਾਲ ਵੀ ਰਿਲੇਸ਼ਨ 'ਚ ਰਿਹਾ। ਤਪਾਕ ਦੀ ਆਖਰੀ ਮਿਊਜ਼ਿਕ ਐਲਬਮ ਆਲ ਆਈਜ਼ ਔਨ ਮੀ ਉਸ ਦੀ ਮੌਤ ਦੇ ਸਾਲ 1996 ਵਿੱਚ ਹੀ ਰਿਲੀਜ਼ ਹੋਈ ਸੀ, ਜੋ ਕਿ ਅਮਰੀਕਾ ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ ਐਲਬਮਸ ਵਿੱਚੋਂ ਇੱਕ ਸੀ। ਸ਼ੁਭਦੀਪ ਜਵਾਨੀ 'ਚ ਪੈਰ ਧਰਨ ਤੋਂ ਲੈ ਕੇ ਹੀ ਤਪੈਕ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ ਅਤੇ ਇਹ ਗੱਲ ਉਸ ਦੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਬੀਟੈਕ ਦੇ ਜਮਾਤੀਆਂ ਨੇ ਵੀ ਮੰਨੀ ਹੈ। ਜਿਵੇਂ ਦਾ ਲਾਸਟ ਰਾਈਡ ਗੀਤ ਮੂਸੇਵਾਲਾ ਨੇ ਮਰਨ ਤੋਂ ਸਿਰਫ 15 ਦਿਨ ਪਹਿਲਾਂ ਹੋਇਆ, ਚੋਬਰ ਦੇ ਚਿਹਰੇ ਦਾ ਨੂਰ ਦੱਸਦਾ ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜ਼ਾ ਮਿੱਠੀਏ ਗਾ ਕੇ ਡੈਥ ਵਿਸ਼ ਦੇ ਸੰਕੇਤ ਦਿੱਤੇ ਸਨ। ਬਿਲਕੁਲ ਉਸੇ ਤਰ੍ਹਾਂ ਤਪੈਕ ਦੇ ਆਖਰੀ ਗੀਤ ਆਈ ਐਂਟ ਮੈਟ ਐਟ ਚਾ 'ਚ ਇੱਕ ਝਗੜੇ ਬਾਅਦ ਉਸਨੂੰ ਗੋਲੀ ਮਾਰਦੇ ਦਿਖਾਇਆ ਗਿਆ ਸੀ। ਇਹ ਗੀਤ ਉਸਦੀ ਮੌਤ ਤੋਂ 2 ਦਿਨ ਬਾਅਦ ਰਿਲੀਜ਼ ਕੀਤਾ ਗਿਆ ਸੀ। ਰੈਪ ਦੀ ਦੁਨੀਆ 'ਚ ਤਪੈਕ ਦਾ ਨਾਮ ਆਪਣੀ ਨਾਬਰੀ ਲਈ ਹਮੇਸ਼ਾ ਅਮਰ ਰਹੇਗਾ। ਦੋਸਤੋ, ਦੱਸ ਦਈਏ ਕਿ ਆਲ ਆਈਜ਼ ਔਨ ਮੀ ਇੱਕ ਸੀਰੀਜ਼ ਹੈ ਜੋ ਨੈੱਟਫਲਿਕਸ 'ਤੇ ਉਪਲਬਧ ਹੈ, ਜਿਸ 'ਚ ਤਪੈਕ 'ਤੇ ਬਿਗੀ ਬਾਰੇ ਕਾਫ਼ੀ ਵਿਸਥਾਰ 'ਚ ਦੱਸਿਆ ਹੈ। ਧੰਨਵਾਦ।